ਡਾਕੂਆਂ ਨੇ ਬੱਸ ਘੇਰ ਲਈ, ਬੱਸ ਲੁੱਟ ਲਈ ਸਾਰੀ, ਲੁੱਟ ਕੇ ਸਵਾਰੀਆਂ ਲਾਈਨ ਚ ਖੜਾ ਲਈਆਂ। ਡਾਕੂਆਂ ਸਰਦਾਰ ਕਹਿੰਦਾ ਨਾ ਪੁੱਛ ਕੇ ਗੋਲੀ ਮਾਰੀ ਹੋਈ। ਪਹਿਲੇ ਨੂੰ ਪੁੱਛਿਆ ਤੇਰਾ ਕੀ ਨਾਂ, ਕਹਿੰਦਾ ਰਮੇਸ਼ ਕੁਮਾਰ, ਸਿਰ ਚ ਗੋਲੀ ਮਾਰੀ ਹੋਈ। ਦੂਜੇ ਨੂੰ ਕਹਿੰਦੇ ਤੇਰਾ ਕੀ ਨਾਂ, ਕਹਿੰਦਾ ਗੁਰਦੇਵ ਸਿੰਘ ਜੀ, ਉਹਦੇ ਵੀ ਮਾਰੀ ਗੋਲੀ। ਤੀਜੇ ਨੂੰ ਕਹਿੰਦੇ ਤੇਰਾ ਕੀ ਨਾਂ, ਉਹ ਕਹਿੰਦਾ ਪ੍ਰਕਾਸ਼ ਚੰਦ ਜੀ, ਉਹਦੇ ਵੀ ਮਾਰੀ। ਤੀਜੀ ਜਨਾਨੀ ਖੜੀ ਸੀ, ਡਾਕੂਆਂ ਨੂੰ ਪੁੱਛਦਾ ਕਹਿੰਦਾ ਤੇਰਾ ਕੀ ਨਾਂ ਮਾਤਾ, ਉਹ ਕਹਿੰਦੀ ਜੀ ਪੁਸ਼ਪਾ ਦੇਵੀ ਹੈ। ਡਾਕੂਆਂ ਸਰਦਾਰ ਕਹਿੰਦਾ ਗੋਲੀ ਨਾ ਮਾਰਿਓ, ਮੇਰੀ ਮਾਂ ਦਾ ਨਾਂ ਪੁਸ਼ਪਾ ਸੀ, ਮੈਨੂੰ ਇਸ ਮਾਤਾ ਚਲੋ ਮੈਂ ਆਪਦੀ ਮਾਂ ਦਿਖੀ ਆ, ਬਖਸ਼ ਦੋ ਇਹਨੂੰ। ਉਦੂ ਗਾਹਾਂ ਸੁਖਬੀਰ ਵਰਗਾ ਖੜਾ ਸੀ ਲੈਣ ਚ, ਉਹਨੂੰ ਕਹਿੰਦਾ ਤੇਰਾ ਕੀ ਨਾਂ ਹੋਇਆ, ਕਹਿੰਦਾ ਹੈਗਾ ਤਾਂ ਬਲਦੇਵ ਸਿੰਘ, ਉਹ ਮੈਨੂੰ ਪਿੰਡ ਚ ਪੁਸ਼ਪਾ ਪੁਸ਼ਪੇ ਹੀ ਕਹਿੰਦੇ। ਡਾਕੂਆਂ ਦਾ ਸਰਦਾਰ ਕਹਿੰਦਾ ਪੰਜ ਗੋਲੀਆਂ ਵੱਧ ਮਾਰੋ, ਮੇਰੀ ਮਾਂ ਦਾ ਨਾਂ ਬਦਨਾਮ ਕਰਦਾ। ਉਹ ਇਹਨਾਂ ਦਾ ਉਹ ਹੈਗੇ ਤਾਂ ਸਾਡੇ ਟਰਾਂਸਪੋਰਟਾਂ ਨੇ, ਹੈਗੇ ਸਾਡੇ ਹੋਟਲ ਨੇ, ਉਹ ਅੱਜ ਕੱਲ੍ਹ ਸਾਨੂੰ ਕਿਸਾਨ ਕਿਸਾਨ ਹੀ ਕਹਿੰਦੇ। ਨਾਨਾ ਕਹਿੰਦਾ ਕਿਸਾਨ ਉਹਨੇ,